ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਟੈਣ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਿਛਲੇ ਕਈ ਦਿਨਾਂ ਤੋਂ ਅਸੀਂ ਨਸ਼ਿਆਂ ਦੇ ਕਹਿਰ ਦੇ ਬਾਬਤ ਖਬਰਾਂ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੀ ਜਵਾਨੀ ਕਿਸ ਤਰੀਕੇ ਨਾਲ ਨਸ਼ਿਆਂ ਦੇ ਦਰਿਆ ਵਿੱਚ ਰੁੜ ਗਈ, ਇਹਦੇ ਬਾਬਤ ਨਾ ਕਿਸੇ ਨੂੰ ਕੁਝ ਦੱਸਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਹੈ। ਸਾਰੇ ਸਾਰਾ ਕੁਝ ਹੀ ਜਾਣਦੇ ਆ, ਪਰ ਪੰਜਾਬ ਦੀ ਜਵਾਨੀ ਦਾ ਭਵਿੱਖ ਕੀ ਹੈ ਇਹਦੇ ਬਾਬਤ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਜੇਕਰ ਲੋਕ ਲਾਮਬੰਦ ਹੋਏ ਰਹੇ ਜਿਸ ਤਰੀਕੇ ਨਾਲ ਅੱਜ ਹੋ ਰਹੇ ਆ, ਫਿਰ ਤਾਂ ਪੰਜਾਬ ਦੀ ਜਵਾਨੀ ਬਚ ਜੂਗੀ ਅਤੇ ਭਵਿੱਖ ਵੀ ਬਚਿਆ ਰਹੂਗਾ। ਅਤੇ ਜੇਕਰ ਜਿਹੜੀ ਹੁਣ ਲਹਿਰ ਬਣੀ ਆ ਇਹ ਤਿੜਕ ਗਈ, ਇਹ ਖਤਮ ਹੋ ਗਈ, ਇਹ ਠੱਪ ਹੋ ਗਈ, ਠੰਡੇ ਬਸਤੇ ਵਿੱਚ ਪੈ ਗਈ, ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਜਵਾਨੀ ਦਾ ਭਵਿੱਖ ਅੱਜ ਰੁਲ ਰਿਹਾ, ਉਸੇ ਤਰੀਕੇ ਨਾਲ ਇਹ ਰੁਲਦਾ ਰਹੂਗਾ। ਪੰਜਾਬ ਦੇ ਵਿੱਚ ਇਸ ਵਕਤ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਜਿਹੜਾ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਮਨਾਇਆ ਜਾ ਰਿਹਾ, ਇਹਦੇ ਵਿੱਚ ਆਪ ਮੁਹਾਰੇ ਲੋਕ ਵੀ ਜੁੜੇ ਆ। ਪੰਜਾਬ ਦੇ ਵੱਖ ਵੱਖ ਥਾਵਾਂ ਦੇ ਉੱਤੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਨਸ਼ਿਆਂ ਦੇ ਖਿਲਾਫ ਸੌਂਪੇ ਆ। ਕਈ ਸਮਾਜ ਸੇਵੀ ਅਤੇ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਿਲੇ ਆ। ਭਵਿੱਖ ਦੇ ਵਿੱਚ ਇਹਦੇ ਚੰਗੇ ਨਤੀਜੇ ਨਿਕਲਣ, ਇਹ ਜਿਹੜੀ ਲੋਕ ਲਹਿਰ ਬਣ ਰਹੀ ਆ ਨਸ਼ਿਆਂ ਦੇ ਖਿਲਾਫ, ਇਹ ਤਿੜਕੇ ਨਾ, ਇਹ ਖਤਮ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਅਤੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਜੜ ਪੁੱਟੀ ਜਾਵੇ, ਇਹਦੀ ਵੀ ਅਸੀਂ ਕਾਮਨਾ ਕਰਦੇ ਹਾਂ। ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੱਚੀ ਮੁੱਚੀ ਲੋਕ ਇਸ ਤਰੀਕੇ ਨਾਲ ਜੁੜੇ ਰਹਿਣਗੇ? ਇਹ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਕਿ ਉਹਨਾਂ ਨੇ ਜੁੜੇ ਰਹਿਣਾ ਜਾਂ ਹੋਰ 10 ਦਿਨਾਂ ਤੱਕ ਖਿੰਡ ਜਾਣਾ ਇਸ ਮਾਮਲੇ ਦੇ ਉੱਤੇ। ਜਿੰਨੀ ਦੇਰ ਤੱਕ ਅਸੀਂ ਇਹ ਗੱਲ ਮਹਿਸੂਸ ਕਰਨੀ ਨਹੀਂ ਸ਼ੁਰੂ ਕਰਦੇ ਕਿ ਨਸ਼ਿਆਂ ਦਾ ਇਹ ਦੈਂਤ ਸਾਡੇ ਘਰ ਦੇ ਵਿੱਚ ਵੀ ਵੜ ਸਕਦਾ, ਉਨੀ ਦੇਰ ਤੱਕ ਇਹ ਲਹਿਰ ਅੱਗੇ ਤੋਂ ਅੱਗੇ ਨਹੀਂ ਵੱਧ ਸਕਦੀ। ਇਹ ਗੱਲ ਸਮਝਣ ਦੀ ਜ਼ਰੂਰਤ ਹੈ। ਪਰ ਪਿਛਲੇ ਕੁਛ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੁ ਚੰਗੀਆਂ ਵੀਡੀਓ ਵੀ ਦੇਖਣ ਨੂੰ ਮਿਲ ਰਹੀਆਂ। ਪਿੰਡਾਂ ਦੇ ਲੋਕ ਲਾਮਬੰਦ ਹੋਏ ਆ, ਨਸ਼ਿਆਂ ਦੇ ਸੁਦਾਗਰਾਂ ਦੀ ਗਿੱਦੜ ਕੁੱਟ ਕੀਤੀ ਜਾ ਰਹੀ ਆ। ਮੈਂ 4-5 ਵੀਡੀਓ ਹੁਣ ਤੱਕ ਦੇਖੀਆਂ, ਕੋਟਾਪਾ ਚੜ੍ਹ ਰਿਹਾ, ਮਿੱਟੀ ਝਾੜੀ ਜਾ ਰਹੀ ਆ ਉਹਨਾਂ ਤਸਕਰਾਂ ਦੀ ਜਿਹੜੇ ਪਿੰਡ ਦੇ ਵਿੱਚ ਆ ਕੇ ਘਰ ਘਰ ਦੇ ਵਿੱਚ ਮੁੰਡਿਆਂ ਨੂੰ ਪਰਦੇ ਨਾਲ ਕੋਈ ਪੁੜੀ ਫੜਾਉਣ ਆਉਂਦਾ, ਕੋਈ ਨਸ਼ੇ ਦਾ ਟੀਕਾ ਦੇਣ ਆਉਂਦਾ। ਪਿੰਡ ਦੇ ਲੋਕ ਉਹਨਾਂ ਨੂੰ ਕਾਬੂ ਕਰਕੇ ਨਾਲੇ ਤਾਂ ਗਿੱਦੜ ਕੁੱਟ ਕਰਦੇ ਆ ਅਤੇ ਨਾਲੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਉਂਦੇ ਆ। ਗੱਲ ਉਹਨਾਂ ਦੀ ਸਹੀ ਹੈ, ਅਸੀਂ ਬੰਦੇ ਨੂੰ ਸ਼ਰਮ ਹੀ ਦੇਣੀ ਹੁੰਦੀ ਹੈ, ਅਤੇ ਜੇਕਰ ਬੰਦਾ ਸ਼ਰਮ ਵਾਲਾ ਹੋਵੇ, ਇੱਜ਼ਤ ਵਾਲਾ ਹੋਵੇ, ਤਾਂ ਉਹਦੇ ਲਈ ਇੰਨੀ ਕੁ ਸਜ਼ਾ ਬਹੁਤ ਹੁੰਦੀ ਹੈ। ਪਰ ਇੱਥੇ ਇਹ ਵੀ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਕਿਸੇ ਦਾ ਕੋਈ ਜਾਨੀ ਤੌਰ 'ਤੇ ਨੁਕਸਾਨ ਨਹੀਂ ਕਰਨਾ ਚਾਹੀਦਾ, ਕਿਸੇ ਦੀ ਲੱਤ ਬਾਂਹ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਕਈ ਵਾਰ ਅਸੀਂ ਤੱਤੇ ਰਾਉਣ ਦੇ ਵਿੱਚ ਇਹ ਸਾਰਾ ਕੁਝ ਕਰਤਾ ਬਹਿੰਦੇ ਹਾਂ। ਹੈਗੇ ਤਾਂ ਨਸ਼ਿਆਂ ਦੇ ਤਸਕਰ ਬਹੁਤ ਸਖਤ ਸਜ਼ਾ ਦੇ ਹੱਕਦਾਰ ਆ, ਪਰ ਜੇਕਰ ਕੋਈ ਉਲਟਾ ਕੇਸ ਪੈ ਜਾਂਦਾ ਤਾਂ ਬਾਅਦ ਦੇ ਵਿੱਚ ਕਚਹਿਰੀਆਂ ਦੇ ਵਿੱਚ ਖੱਜਲ ਸਾਨੂੰ ਵੀ ਹੋਣਾ ਪੈਂਦਾ ਅਤੇ ਹਰ ਬੰਦੇ ਦਾ ਸਮਾਂ ਵੀ ਕੀਮਤੀ ਹੈ। ਪਰ ਨਸ਼ਿਆਂ ਦੇ ਤਸਕਰਾਂ ਨੂੰ ਸ਼ਰਮ ਦੇਣੀ ਬਹੁਤ ਜ਼ਰੂਰੀ ਹੈ, ਉਹਨਾਂ ਦਾ ਕੋਟਾਪਾ ਚੜ੍ਹਨਾ ਵੀ ਬਹੁਤ ਜ਼ਰੂਰੀ ਹੈ ਅਤੇ ਕਾਨੂੰਨ ਨੂੰ ਹੱਥ ਦੇ ਵਿੱਚ ਵੀ ਨਹੀਂ ਲੈਣਾ ਚਾਹੀਦਾ। ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ। ਜੇਕਰ ਭਵਿੱਖ ਦੇ ਵਿੱਚ ਕੋਈ ਵੀ ਮੁੰਡਾ ਜਾਂ ਕੁੜੀ ਸਰਕਾਰੀ ਨੌਕਰੀ ਵਾਲੇ ਪਾਸੇ ਜਾਣਾ ਚਾਹੁੰਦਾ ਤਾਂ ਉਹਨੂੰ ਆਪਣਾ ਡੋਪ ਟੈਸਟ ਕਰਵਾਉਣਾ ਪਊਗਾ। ਜੇ ਤਾਂ ਉਹ ਡੋਪ ਟੈਸਟ ਦੇ ਵਿੱਚ ਇਹ ਪਾਇਆ ਜਾਂਦਾ ਕਿ ਇਹ ਕੋਈ ਨਸ਼ਾ ਨਹੀਂ ਕਰਦਾ, ਫਿਰ ਤਾਂ ਠੀਕ ਹੈ, ਅਤੇ ਜੇਕਰ ਉਹ ਨਸ਼ਾ ਕਰਦਾ ਪਾਇਆ ਗਿਆ ਤਾਂ ਫਿਰ ਭਾਵੇਂ ਉਹਨੇ ਜਿੰਨੇ ਮਰਜ਼ੀ ਫੀਸ ਦੀ ਨੰਬਰ ਲਏ ਹੋਣ, ਫਿਰ ਭਾਵੇਂ ਉਹ ਜਿੰਨੀ ਮਰਜ਼ੀ ਯੋਗਤਾ ਰੱਖਦਾ ਹੋਵੇ, ਫਿਰ ਭਾਵੇਂ ਕਾਬਲੀਅਤ ਉਹਦੇ ਵਿੱਚ ਸਿਖਰ 'ਤੇ ਹੋਵੇ, ਉਹਨੂੰ ਨੌਕਰੀ ਦੇ ਕਾਬਲ ਨਹੀਂ ਸਮਝਿਆ ਜਾਊਗਾ। ਪਰ ਇੱਕ ਗੱਲ ਹੋਰ ਹੈ ਵੀ ਇੱਕ ਵਾਰ ਜਿਹੜਾ ਪੁਲਿਸ ਮੁਲਾਜ਼ਮ ਭਰਤੀ ਹੋ ਗਿਆ, ਇੱਕ ਵਾਰ ਜਿਹੜਾ ਨੌਜਵਾਨ ਜਾਂ ਕੁੜੀ ਮਾਸਟਰ ਨਹੀਂ ਬਣ ਗਈ, ਇੱਕ ਵਾਰ ਕੋਈ ਡਾਕਟਰ ਨਹੀਂ ਬਣ ਗਈ, ਬਾਅਦ ਦੇ ਵਿੱਚ ਉਹ ਜੇਕਰ ਨਸ਼ਾ ਕਰਨ ਲੱਗ ਪਵੇ ਭਰਤੀ ਹੋਣ ਤੋਂ ਬਾਅਦ, ਤਾਂ ਉਹਦੇ ਲਈ ਸਰਕਾਰ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਪਰ ਸਰਕਾਰ ਇਹ ਚਾਹੁੰਦੀ ਹੈ ਵੀ ਜਦੋਂ ਨੌਕਰੀ ਵਾਸਤੇ ਭਰਤੀ ਲਈ ਆਉਂਦੇ ਆ ਮੁੰਡੇ ਕੁੜੀਆਂ, ਉਹਨਾਂ ਦਾ ਇੱਕ ਵਾਰ ਜ਼ਰੂਰ ਡੋਪ ਟੈਸਟ ਕੀਤਾ ਜਾਵੇ ਅਤੇ ਇਹਦੇ ਮੁਤਲਕ ਜਿਹੜੀ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਡਰੱਗ ਅਤੇ ਨਸ਼ੇ ਦੀ ਤਸਕਰੀ ਦੇ ਚੱਲਦਿਆਂ ਲਗਾਤਾਰ ਫਜ਼ੀਹਤ ਦੇ ਦਰਮਿਆਨ ਪੰਜਾਬ ਸਰਕਾਰ ਨੇ ਹੁਣ ਨਸ਼ੇ ਦੇ ਉੱਤੇ ਰੋਕ ਲਗਾਉਣ ਦੀ ਤਿਆਰੀ ਸ਼ੁਰੂ ਕੀਤੀ ਹੈ। ਡਰੱਗ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਪ੍ਰਬੰਧ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਰਕਾਰੀ ਸੇਵਾਵਾਂ ਦੇ ਵਿੱਚ ਕਰਮਚਾਰੀਆਂ ਦੀ ਭਰਤੀ ਤੋਂ ਪਹਿਲਾਂ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਹੈ। ਇਹੀ ਨਹੀਂ, ਨਿਯੁਕਤੀ ਤੋਂ ਬਾਅਦ ਵੀ ਸੇਵਾ ਦੌਰਾਨ ਹੋ ਸਕਦਾ ਕਰਮਚਾਰੀਆਂ ਦਾ ਡੋਪ ਟੈਸਟ ਹੋਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਸ਼ੇ ਦੀ ਲੱਤ ਨੂੰ ਲੈ ਕੇ ਚਿੰਤਾ ਪ੍ਰਗਟਾਉਣ ਦੇ ਨਾਲ ਹੀ ਬੁੱਧਵਾਰ ਨੂੰ ਇਹ ਮਹੱਤਵਪੂਰਨ ਐਲਾਨ ਕੀਤਾ। ਕੈਪਟਨ ਨੇ ਸਰਕਾਰੀ ਕਰਮਚਾਰੀਆਂ ਅਤੇ ਪੁਲਿਸ ਦੇ ਵਿੱਚ ਨਿਯੁਕਤੀ ਤੋਂ ਪਹਿਲਾਂ ਡੋਪ ਟੈਸਟ ਜ਼ਰੂਰੀ ਕਰਨ ਦਾ ਐਲਾਨ ਕੀਤਾ। ਆਦੇਸ਼ ਦੇ ਮੁਤਾਬਕ ਸਰਕਾਰੀ ਸੇਵਾ ਦੇ ਵਿੱਚ ਨਿਯੁਕਤੀ ਦੇ ਹਰ ਪੱਧਰ 'ਤੇ ਇਹ ਟੈਸਟ ਜ਼ਰੂਰੀ ਹੋਵੇਗਾ। ਇਸ ਬਾਰੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੱਸਿਆ ਜਾ ਰਿਹਾ ਕਿ ਜਲਦ ਹੀ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਖਾਸ ਗੱਲ ਇਹ ਵੀ ਹੈ ਕਿ ਨਿਯੁਕਤੀ ਤੋਂ ਬਾਅਦ ਵੀ ਪੁਲਿਸ ਕਰਮਚਾਰੀਆਂ ਸਮੇਤ ਬਾਕੀ ਸਾਰੇ ਕਰਮਚਾਰੀਆਂ ਦਾ ਸੇਵਾ ਦੌਰਾਨ ਡੋਪ ਟੈਸਟ ਹੁੰਦਾ ਰਹੇਗਾ।
ਇੱਥੇ ਵੀ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਸ਼ਿਆਂ ਦੀ ਤਸਕਰੀ ਦੇ ਉੱਤੇ ਰੋਕ ਲਗਾਉਣ ਦੇ ਲਈ ਪੰਜਾਬ ਸਰਕਾਰ ਨੇ ਫੈਸਲਾ ਲੈਂਦੇ ਹੋਏ ਡਰੱਗ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ। ਜੇਕਰ ਕੇਂਦਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਸੂਬੇ ਦੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲ ਸਕਦੀ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਡਰੱਗ ਤਸਕਰਾਂ ਨੇ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ, ਇਸ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਭਾਵੇਂ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਸਰਕਾਰੀ ਨੌਕਰੀ ਕਰਨ ਦਾ ਚਾਹਵਾਨ ਹੈ, ਉਹਦਾ ਡੋਪ ਟੈਸਟ ਹੋਇਆ ਕਰੂਗਾ ਅਤੇ ਨੌਕਰੀ ਦੌਰਾਨ ਵੀ ਉਹਦਾ ਡੋਪ ਟੈਸਟ ਗਾਹੇ ਬਗਾਹੇ ਹੁੰਦਾ ਰਹੂਗਾ ਤਾਂ ਜੋ ਪਤਾ ਲੱਗ ਸਕੇ ਕਿ ਉਹ ਹੁਣ ਨਸ਼ੇ ਦੇ ਜਕੜ ਪੰਜੇ ਦੇ ਵਿੱਚ ਆਇਆ ਜਾਂ ਫਿਰ ਨਹੀਂ। ਉਹਨਾਂ ਦਾ ਜਿਹੜਾ ਇਹ ਫੈਸਲਾ, ਚਲੋ ਅਸੀਂ ਮੰਨਦੇ ਹਾਂ ਕਿ ਸ਼ਲਾਘਾ ਯੋਗ ਹੈ, ਸਲਾਹੁਣ ਯੋਗ ਹੈ, ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਪੁਲਿਸ ਦਾ ਕਿਰਦਾਰ ਲਗਾਤਾਰ ਦਾਗਦਾਰ ਹੋ ਰਿਹਾ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਹਰਪ੍ਰੀਤ ਸਿੰਘ ਸਿੱਧੂ ਦੇ ਆਧਾਰ ਦੇ ਉੱਤੇ ਇੱਕ ਕਮੇਟੀ ਬਣਾਈ ਗਈ ਸੀ ਨਸ਼ਿਆਂ ਦੀ ਪੜਤਾਲ ਕਰਨ ਦੇ ਲਈ, ਕੌਣ ਕੌਣ ਨਸ਼ਿਆਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਹੈ, ਉਸ ਕਮੇਟੀ ਦੇ ਵੱਲੋਂ ਜਿਹੜੇ ਨਾਂ ਨਸ਼ਰ ਕੀਤੇ ਗਏ ਕੈਪਟਨ ਸਾਹਿਬ ਦੇ ਕੋਲ, ਉਹਨਾਂ ਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਇਹ ਸਵਾਲ ਪੈਦਾ ਹੁੰਦੇ ਆ। ਪਰ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਪੰਚਾਇਤ ਵਿਭਾਗ ਦੇ ਮੰਤਰੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ, ਮੈਂ ਨਿੱਜੀ ਤੌਰ ਦੇ ਉੱਤੇ ਉਹਦਾ ਸਮਰਥਨ ਕਰਦਾ। ਉਹਨਾਂ ਨੇ ਇਹ ਗੱਲ ਕਹੀ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੈਂ ਗੱਲ ਕਰਾਂਗਾ ਅਤੇ ਜਿਹੜੀਆਂ ਪੰਚਾਇਤੀ ਚੋਣਾਂ ਅਗਲੇ ਮਹੀਨੇ ਦੇ ਵਿੱਚ ਹੋਣੀਆਂ ਉਹਦੇ ਵਿੱਚ ਸਾਰੇ ਉਮੀਦਵਾਰਾਂ ਦਾ, ਭਾਵੇਂ ਕੋਈ ਵੀ ਪਿੰਡ ਹੋਵੇ, ਸਾਰੇ ਉਮੀਦਵਾਰ ਜਿਹੜੇ ਸਰਪੰਚੀ ਦੇ ਵਿੱਚ ਖੜ੍ਹਨਾ ਚਾਹੁੰਦੇ ਆ, ਜਿਹੜੇ ਪੰਚਾਇਤ ਮੈਂਬਰੀ ਦੀ ਚੋਣ ਲੜਨਾ ਚਾਹੁੰਦੇ ਆ, ਉਹਨਾਂ ਦਾ ਡੋਪ ਟੈਸਟ ਜ਼ਰੂਰੀ ਕਰਾਰ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਮੈਂ ਤਾਂ ਚਾਹੁੰਦਾ ਕਿ ਪੰਜਾਬ ਦੇ ਸਾਰੇ ਮੰਤਰੀਆਂ ਦਾ ਵੀ ਡੋਪ ਟੈਸਟ ਹੋਵੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਮੈਂ ਤਾਂ ਇਹ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ MLA ਦੇ ਲਈ, MP ਦੇ ਲਈ ਜਾਂ ਹੋਰ ਵੱਖ ਵੱਖ ਚੋਣਾਂ ਵਾਸਤੇ ਉਮੀਦਵਾਰ ਬਣਦੇ ਆ, ਉਹਨਾਂ ਸਾਰਿਆਂ ਦਾ ਡੋਪ ਟੈਸਟ ਹੋਵੇ। ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨਾਲ ਇਹਦੇ ਮੁਤਲਕ ਗੱਲਬਾਤ ਕਰਾਂਗਾ ਕਿ ਜੇਕਰ ਇਹ ਫੈਸਲਾ ਹੋ ਜਾਂਦਾ ਕਿ ਅਸੀਂ ਸਰਪੰਚ, ਪੰਚ ਜਾਂ ਕੋਈ ਵੀ ਹੋਰ ਅਹੁਦੇ ਦੇ ਲਈ ਜਿਹੜਾ ਚੋਣ ਲੜਦਾ ਹੈ ਉਹਦਾ ਡੋਪ ਟੈਸਟ ਜ਼ਰੂਰੀ ਹੋਵੇ, ਤਾਂ ਫਿਰ ਇਹ ਇੱਕ ਬਹੁਤ ਵੱਡਾ ਅਤੇ ਚੰਗਾ ਫੈਸਲਾ ਹੋਊਗਾ। ਬਹੁਤ ਸੋਹਣੀ ਉਹਨਾਂ ਨੇ ਗੱਲ ਕਹੀ ਹੈ, ਮੇਰੇ ਖਿਆਲ ਦੇ ਮੁਤਾਬਕ ਇਹ ਨਿਯਮ ਬਣ ਜਾਣਾ ਚਾਹੀਦਾ ਤਾਂ ਜੋ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਪੰਚ ਚੁਣੇ ਜਾਣੇ ਆ ਉਹ ਨਸ਼ਾ ਮੁਕਤ ਹੋਣ ਅਤੇ ਸਹੀ ਤਰੀਕੇ ਨਾਲ ਡੋਪ ਟੈਸਟ ਦੀਆਂ ਰਿਪੋਰਟਾਂ ਆਉਣੀਆਂ ਚਾਹੀਦੀਆਂ। ਇਹ ਸਿਰਫ ਅਤੇ ਸਿਰਫ ਗੱਲੀ ਬਾਤੀ ਕਾਰਵਾਈ ਨਹੀਂ ਹੋਣੀ ਚਾਹੀਦੀ। ਪਰ ਅੱਜ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਆ ਬ੍ਰਹਮ ਮਹਿੰਦਰਾ, ਉਹਨਾਂ ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਿਹਦੇ ਤੋਂ ਬਾਅਦ ਕਈ ਗੱਲਾਂ ਉੜਦੀਆਂ। ਉਹਨਾਂ ਦੇ ਬਿਆਨ ਤੋਂ ਬਾਅਦ ਮੈਨੂੰ ਇਹ ਜਾਪਦਾ ਵੀ ਜਿਵੇਂ ਰੋਮ ਸੜ ਰਿਹਾ ਸੀ ਅਤੇ ਨੀਰੋ ਬੰਸਰੀ ਵਜਾ ਰਿਹਾ ਸੀ। ਉਹਨਾਂ ਦੇ ਬਿਆਨ ਤੋਂ ਬਾਅਦ ਮੈਨੂੰ ਇਹ ਵੀ ਗੱਲ ਉੜਦੀ ਹੈ ਕਿ ਚਿੜੀਆਂ ਦੀ ਮੌਤ 'ਤੇ ਗੁਵਾਰਾਂ ਦਾ ਹਾਸਾ। ਉਹਨਾਂ ਦੇ ਬਿਆਨ ਤੋਂ ਬਾਅਦ ਇਹ ਵੀ ਜਾਪਦਾ ਵੀ ਜਿਸ ਤਰੀਕੇ ਨਾਲ ਸਿਆਣੇ ਕਹਿੰਦੇ ਹੁੰਦੇ ਆ ਕਿ ਦੂਜੇ ਦੇ ਘਰ ਦੇ ਵਿੱਚ ਲੱਗੀ ਅੱਗ ਬਸੰਤਰ ਵਰਗੀ ਜਾਪਦੀ ਆ, ਬ੍ਰਹਮ ਮਹਿੰਦਰਾ ਸਾਹਿਬ ਨੂੰ ਇਹ ਇਵੇਂ ਜਾਪ ਰਿਹਾ, ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਬਹੁਤੇ ਨੌਜਵਾਨ ਨਸ਼ਿਆਂ ਕਰਕੇ ਨਹੀਂ ਮਰੇ। ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਹੁਣ ਤੱਕ ਸਿਰਫ ਇੱਕ ਨੌਜਵਾਨ ਦੀ ਨਸ਼ੇ ਕਰਕੇ ਮੌਤ ਹੋਈ ਹੈ। ਅਤੇ ਉਹਨਾਂ ਨੇ ਕਿਹਾ ਕਿ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਮੁਖੀ ਦੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਵਿੱਚ ਦਿੱਤੀ ਗਈ ਹੈ। ਸੋ ਬ੍ਰਹਮ ਮਹਿੰਦਰਾ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਅੱਜ ਹੀ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਪੰਜਾਬ ਦੇ ਅੰਦਰ ਸਿਰਫ ਹੁਣ ਤੱਕ ਇੱਕ ਨੌਜਵਾਨ ਨਸ਼ੇ ਕਰਕੇ ਮਰਿਆ, ਤਾਂ ਲੁਧਿਆਣੇ ਦੇ ਵਿੱਚ ਅੱਜ ਦੋ ਸਕੇ ਭਰਾਵਾਂ ਦੇ ਵੱਲੋਂ ਨਸ਼ੇ ਵਾਲਾ ਟੀਕਾ ਲਾਇਆ ਗਿਆ ਸੀਗਾ। ਇੱਕ ਭਰਾ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ, ਇੱਕ ਹਸਪਤਾਲ ਦੇ ਵਿੱਚ ਗੰਭੀਰ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਪਿਛਲੇ 30 ਦਿਨਾਂ ਦੀਆਂ ਅਖਬਾਰਾਂ ਸਾਰੀਆਂ ਕੱਢ ਕੇ ਪੜ੍ਹ ਲੈਣੀਆਂ ਚਾਹੀਦੀਆਂ। ਪੰਜਾਬ ਦੇ ਵਿੱਚ 30 ਦਿਨਾਂ ਦੇ ਅੰਦਰ 40 ਤੋਂ ਵੱਧ ਨੌਜਵਾਨ ਨਸ਼ੇ ਦੀ ਓਵਰਡੋਸ ਦੇ ਕਰਕੇ ਮੌਤ ਦੀ ਬੁੱਕਲ ਵਿੱਚ ਚਲੇ ਗਏ ਆ। ਬ੍ਰਹਮ ਮਹਿੰਦਰਾ ਸਾਹਿਬ ਹੈਗੇ ਆ ਸਿਹਤ ਵਿਭਾਗ ਦੇ ਮੰਤਰੀ, ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ, ਕਿਤੇ ਮਾਂ ਦੁਹੱਥੜੇ ਮਾਰ ਰਹੀ ਹੈ, ਕੀਰਨੇ ਪਾ ਰਹੀ ਹੈ, ਕਿਤੇ ਬੱਚਾ ਆਪਣੇ ਬਾਪ ਦੇ ਗਲ ਦੇ ਨਾਲ ਲਿਪਟ ਰਿਹਾ ਕਿ ਪਾਪਾ ਮੈਨੂੰ ਸਕੂਲ ਛੱਡ ਕੇ ਆਓ ਅਤੇ ਬਾਪ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ, ਇਹ ਵੀਡੀਓਜ਼ ਦੇਖਣ ਤੋਂ ਬਾਅਦ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ। ਇੱਥੇ ਪੰਜਾਬ ਦੇ ਵਿੱਚ ਇੱਕ ਆਗੂ ਇਹ ਵੀ ਗੱਲ ਕਹੀ ਜਾਂਦਾ ਕਿ ਜੀ ਨਸ਼ੇ ਤਾਂ ਪੰਜਾਬ ਦੇ ਵਿੱਚੋਂ ਮੁੱਕ ਗਏ ਤਕਰੀਬਨ, ਇਹ ਤਾਂ ਜਿਹੜੇ ਬਨਾਉਟੀ ਨਸ਼ੇ, ਨਕਲੀ ਨਸ਼ੇ ਆ ਗਏ ਆ ਉਹਦੇ ਕਰਕੇ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਜਵਾਨੀ ਤਾਂ ਖਤਮ ਹੋ ਹੀ ਰਹੀ ਹੈ, ਤੁਸੀਂ ਇੰਨੀ ਤਾਂ ਗੱਲ ਮੰਨ ਗਏ ਆ, ਅਤੇ ਜਿਵੇਂ ਤੁਸੀਂ ਕਹਿੰਦੇ ਵੀ ਅਸੀਂ ਅਸਲੀ ਨਸ਼ੇ ਮੁਕਾਤੇ ਆ, ਫਿਰ ਤੁਸੀਂ ਬਨੌਟੀ ਵੀ ਮੁਕਾ ਦਿਓ, ਨਕਲੀ ਨਸ਼ੇ ਵੀ ਖਤਮ ਕਰ ਦਿਓ। ਕਹਿਣ ਦਾ ਭਾਵ ਇਹ ਹੈ ਕਿ ਇਸ ਵਕਤ ਗੰਭੀਰਤਾ ਤੋਂ ਕੰਮ ਲੈਣ ਦੀ ਲੋੜ ਹੈ। ਲੋਕ ਬਹੁਤ ਭਾਵੁਕ ਹੈ, ਲੋਕ ਤੁਹਾਡੀਆਂ ਇਹੋ ਜਿਹੀਆਂ ਗੱਲਾਂ ਸੁਣਨ ਦੇ ਚਾਹਵਾਨ ਨਹੀਂ ਜਿਹਦੇ ਕਰਕੇ ਜ਼ਖਮਾਂ ਦੇ ਉੱਤੇ ਲੂਣ ਭੁੱਕਿਆ ਹੋਇਆ ਜਾਪੇ। ਲੋਕ ਇਹ ਚਾਹੁੰਦੇ ਆ ਵੀ ਜੇਕਰ ਤੁਸੀਂ ਮਲਮ ਨਹੀਂ ਲਾ ਸਕਦੇ ਜ਼ਖਮਾਂ ਦੇ ਉੱਤੇ ਤਾਂ ਉਹਨਾਂ ਦੇ ਜ਼ਖਮਾਂ ਨੂੰ ਛਿੱਲਣ ਦਾ ਕੰਮ ਵੀ ਨਾ ਕਰੋ। ਬ੍ਰਹਮ ਮਹਿੰਦਰਾ ਸਾਹਿਬ ਨੂੰ ਚਾਹੀਦਾ ਕਿ ਉਹ ਸੱਚੀ ਮੁੱਚੀ ਆਪਣੇ ਮਨ ਦੀ ਆਵਾਜ਼ ਸੁਣਨ ਅਤੇ ਉਹ ਸੱਚੀ ਮੁੱਚੀ ਦੱਸਣ ਕਿ ਕੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਇਹ ਸਹੀ ਹੈ ਜਾਂ ਫਿਰ ਗਲਤ।
ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਕਰਦੇ ਰਹਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ, ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਾਂਗੇ। ਸਿਆਣੇ ਕਹਿੰਦੇ ਹੁੰਦੇ ਆ ਕਿ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਈ ਅਤੇ ਲਿੱਦ ਚੁੱਕਣੀ ਪਈ। ਇਹ ਗੱਲ ਉਸ ਵਕਤ ਕਰਦੇ ਸਿਆਣੇ ਜਦੋਂ ਕੋਈ ਕੰਮ ਦੀ ਗੱਲ ਆ ਜਿਹੜੀ ਉਹ ਕੀਤੀ ਨਾ ਜਾਵੇ, ਅਤੇ ਜਿਹੜੀ ਗੈਰ ਕੰਮ ਦੀ ਗੱਲ ਹੈ ਜਿਹਦਾ ਕੋਈ ਅਰਥ ਨਹੀਂ, ਜਿਹਦੀ ਕੋਈ ਤੁੱਕ ਨਹੀਂ ਬਣਦੀ, ਜਿਹਦੀ ਕੋਈ ਲੋੜ ਨਹੀਂ, ਉਹਦੇ ਉੱਤੇ ਐਵੇਂ ਪੂੰਜੀ ਨਿਵੇਸ਼ ਕਰ ਦਿੱਤਾ ਜਾਵੇ। ਸਿਆਣਿਆਂ ਦੇ ਕਹਿਣੇ ਦੇ ਵਿੱਚ ਬਹੁਤ ਵੱਡੇ ਵੱਡੇ ਅਰਥ ਲੁਕੇ ਹੁੰਦੇ ਆ। ਸਿਆਣਿਆਂ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ਦੇ ਵਿੱਚ ਆਪਣਾ ਅਸਰ ਦਿਖਾਉਂਦਾ, ਰੰਗ ਦਿਖਾਉਂਦਾ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਹਰੀਕੇ ਪੱਤੜ ਦੀ ਜਿਹੜੀ ਝੀਲ ਹੈ ਇਹਦੇ ਵਿੱਚ ਆਪਾਂ ਜਾਣਦੇ ਹਾਂ ਵੀ ਪਾਣੀ ਵਾਲੀ ਬੱਸ ਛੱਡੀ ਸੀ। ਇਹਦੇ ਬਾਬਤ ਬੜੇ ਚੁਟਕਲੇ ਬਣੇ, ਇਹਦੇ ਬਾਬਤ ਬੜੀਆਂ ਕਹਾਣੀਆਂ ਬਣੀਆਂ, ਇਹਦੇ ਬਾਬਤ ਬੜੀਆਂ ਨਾਅਰੇਬਾਜ਼ੀਆਂ ਵੀ ਹੋਈਆਂ। ਇਹਦੇ ਬਾਬਤ ਇੰਨੇ ਕੁ ਬਿਆਨ ਅਸੀਂ ਪੜ੍ਹੇ ਵੀ ਇਉਂ ਜਾਪਦਾ ਸੀ ਵੀ ਪੰਜਾਬ ਦੇ ਵਿੱਚ ਸਿਰਫ ਪਾਣੀ ਵਾਲੀ ਬੱਸ ਹੀ ਰਹਿ ਗਈ, ਹੋਰ ਤਾਂ ਕੁਝ ਰਿਹਾ ਵੀ ਨਹੀਂ। ਅਤੇ ਵੈਸੇ ਪੰਜਾਬ ਦੇ ਵਿੱਚ ਰਿਹਾ ਵੀ ਕੁਝ ਇਹੋ ਜਿਹਾ ਹੈ ਨਹੀਂ ਜਿਹਦੇ ਉੱਤੇ ਮਾਣ ਕੀਤਾ ਜਾ ਸਕੇ। ਸਾਡੀ ਗੈਰਤ ਆ ਜਿਹੜੀ ਉਹ ਰੰਗ ਬਦਲ ਗਈ, ਸਾਡੀ ਬਹਾਦਰੀ ਆ ਜਿਹੜੀ ਉਹ ਰੰਗ ਬਦਲ ਗਈ, ਸਾਡੀ ਜਿਹੜੀ ਆ ਉਹ ਚੜ੍ਹਦੀ ਕਲਾ ਵਾਲੀ ਸੋਚ ਉਹ ਵੀ ਕਾਫੀ ਰੰਗ ਬਦਲ ਗਈ ਆ। ਅਸੀਂ ਮੰਨੀਏ ਜਾਂ ਨਾ ਮੰਨੀਏ, ਅਸੀਂ ਨਿੱਜ ਤੱਕ ਸੀਮਤ ਹੋ ਕੇ ਰਹਿ ਗਏ ਹਾਂ, ਅਸੀਂ ਸਮੂਹ ਦੇ ਕੋਲੋਂ ਕਿਨਾਰਾਕਸ਼ੀ ਕਰ ਲਈ ਆ। ਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਪਾਣੀ ਵਾਲੀ ਬੱਸ ਸੀ, ਇਹਨੇ ਕਦੇ ਵੀ ਕੋਈ ਚੰਗਾ ਨਤੀਜਾ ਨਹੀਂ ਸਾਹਮਣੇ ਲੈ ਕੇ ਆਉਂਦਾ। ਇਹ ਆਈ ਸੀ ਵਾਜਿਆ ਗਾਜਿਆਂ ਨਾਲ, ਇਹਨੂੰ ਬਹੁਤ ਸਾਰੇ ਫੁੱਲ ਬੂਟੇ ਲਾਏ ਸੀ, ਇਸ ਬੱਸ ਨੂੰ ਹਾਰ ਪਾਏ ਸੀ, ਅਤੇ ਹਾਰ ਪਾਏ ਸੀ ਅਤੇ ਬੱਸ ਮਰਿਆਂ ਵਾਂਗੂ ਪਾਣੀ ਦੇ ਵਿੱਚ ਗਈ ਅਤੇ ਗੱਲ ਖਤਮ ਹੋ ਗਈ। ਇਸ ਬੱਸ ਨੇ ਕਦੇ ਵੀ ਲੋਕਾਂ ਨੂੰ ਦੋ ਦਿਨ ਲਗਾਤਾਰ ਝੂਟੇ ਨਹੀਂ ਦਿੱਤੇ। ਇੱਕ ਦਿਨ ਇਹਨੇ ਝੂਟੇ ਦਿੱਤੇ ਸੀ, ਬਾਅਦ ਦੇ ਵਿੱਚ ਗੱਲ ਆਈ ਗਈ ਹੋ ਗਈ, ਉਦੋਂ ਨੂੰ ਸਰਕਾਰ ਬਦਲ ਗਈ ਅਤੇ ਬੱਸ ਆ ਜਿਹੜੀ ਉਹ ਇੱਕ ਕਮਰੇ ਦੇ ਵਿੱਚ ਖੜ੍ਹੀ ਕਰਤੇ, ਅਤੇ ਹੁਣ ਇਸ ਬੱਸ ਦੀ ਨਿਲਾਮੀ ਹੋਣੀ ਆ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੇ ਕਿਹਾ, ਨਵਜੋਤ ਸਿੰਘ ਸਿੱਧੂ ਨੇ, ਕਿ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਇਹ ਗੱਲ ਬਣੀ ਪਈ ਹੈ, ਅਤੇ ਮੁੱਛਾਂ ਵੀ ਕਈ ਕਈ ਮੀਟਰ ਲੰਬੀਆਂ ਹੋ ਗਈਆਂ, ਛੋਟੀਆਂ ਮੋਟੀਆਂ ਵੀ ਨਹੀਂ। ਇਸ ਕਰਕੇ ਇਸ ਬੱਸ ਨੂੰ ਨਿਲਾਮ ਕਰਨਾ ਪੈਣਾ। ਉਹਨਾਂ ਨੇ ਕਿਹਾ ਵੀ ਇਸ ਬੱਸ ਨੇ ਬਹੁਤ ਪੈਸੇ ਖਾਧੇ ਆ, ਇਸ ਬੱਸ ਨੇ ਸਰਕਾਰੀ ਖਜ਼ਾਨੇ ਨੂੰ ਬਹੁਤ ਵੱਡੇ ਪੱਧਰ 'ਤੇ ਰਗੜਾ ਲਾਇਆ, ਪਰ ਵੱਟ ਤਾਂ ਇਹਦੀ ਕੁਝ ਵੀ ਨਹੀਂ, ਆਨਾ ਵੀ ਨਹੀਂ। ਇਸ ਕਰਕੇ ਇਸ ਬੱਸ ਤੋਂ ਕਰਾਉਣਾ ਵੀ ਕੀ ਹੈ, ਚਿੱਟੇ ਹਾਥੀ ਦਾ ਵੈਸੇ ਵੀ ਉਹਨਾਂ ਨੇ ਕਿਹਾ ਸਾਡੀ ਸਰਕਾਰ ਦੇ ਵਿੱਚ ਕੰਮ ਕੋਈ ਨਹੀਂ। ਪੰਜਾਬ ਦੇ ਵਿੱਚ ਇਹੋ ਜਿਹੀਆਂ ਪਾਣੀ ਵਾਲੀਆਂ ਬੱਸਾਂ ਦੀ ਇੱਕ ਪੈਸੇ ਦੀ ਕੋਈ ਲੋੜ ਨਹੀਂ, ਅਤੇ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬਹੁਤ ਚਰਚਿਤ ਪਾਣੀ ਵਾਲੀ ਬੱਸ ਹੁਣ ਨਿਲਾਮ ਹੋਣ ਜਾ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਦੀ ਨਿਲਾਮੀ ਹੋਏਗੀ, ਕਿਉਂਕਿ ਇਸ ਦਾ ਪੰਜਾਬ ਨੂੰ ਕੋਈ ਲਾਭ ਨਹੀਂ ਹੋਇਆ। ਗੋਆ ਜਾਂ ਕਿਸੇ ਹੋਰ ਥਾਂ 'ਤੇ ਜਾ ਕੇ ਬੱਸ ਦੀ ਨਿਲਾਮੀ ਕੀਤੀ ਜਾਵੇਗੀ। ਸਿੱਧੂ ਨੇ ਕਿਹਾ ਕਿ 8,62,00,000 ਰੁਪਏ ਖਰਚ ਕੀਤੇ ਗਏ ਅਤੇ ਕਮਾਏ ਇਸ ਬੱਸ ਨੇ ਸਿਰਫ 70,000 ਰੁਪਏ। ਉਹਨਾਂ ਨੇ ਇਲਜ਼ਾਮ ਲਾਇਆ ਕਿ ਸੁਖਬੀਰ ਨੇ ਸਾਰੇ ਕਾਨੂੰਨ ਸ਼ਿੱਕੇ ਟੰਗੇ ਸਨ। ਕੈਗ ਦੀ ਰਿਪੋਰਟ ਦੇ ਮੁਤਾਬਕ ਸੁਖਬੀਰ ਨੇ ਜੋ ਬੱਸ ਲਿਆਂਦੀ ਸੀ ਉਸ ਲਈ ਕੋਈ ਫਿਜ਼ੀਬਿਲਟੀ ਰਿਪੋਰਟ ਤੱਕ ਨਹੀਂ ਬਣਾਈ ਗਈ। ਉਹਨਾਂ ਨੇ ਸਵਾਲ ਕੀਤਾ ਕਿ ਕੀ ਸੁਖਬੀਰ ਨੇ ਸੁਖਵਿਲਾ ਦੀ ਵੀ ਫਿਜ਼ੀਬਿਲਟੀ ਰਿਪੋਰਟ ਨਹੀਂ ਬਣਾਈ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਆਪਣਾ ਵਪਾਰ ਲੋਕਾਂ ਦੇ ਪੈਸੇ ਨਾਲ ਚਲਾਉਂਦਾ ਹੈ, ਉਸ ਨੇ ਨਿਰਦਈ ਤਰੀਕੇ ਨਾਲ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੇ ਅੱਜ ਸ਼ਬਦਕ ਵਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੀਤੇ ਗਏ ਆ, ਇਹ ਕੋਈ ਨਵੀਂ ਗੱਲ ਨਹੀਂ। ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਜਿੱਥੇ ਵੀ ਮੌਕਾ ਮਿਲਿਆ ਆਪਣੇ ਪਸੰਦੀਦਾ ਵਿਰੋਧੀਆਂ, ਭਾਵੇਂ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ, ਛੋਟੇ ਬਾਦਲ ਹੋਰਾਂ ਦੀ ਗੱਲ ਕਰੀਏ, ਇਹਨਾਂ ਦੇ ਉੱਤੇ ਵਾਰ ਕਰਨ ਦਾ ਕੋਈ ਮੌਕਾ ਅਜਾਈ ਨਹੀਂ ਜਾਣ ਦਿੱਤਾ। ਅਤੇ ਉਲਟੇ ਰੂਪ ਦੇ ਵਿੱਚ ਬਾਦਲ ਪਰਿਵਾਰ ਦੇ ਮੈਂਬਰਾਂ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਨਿਸ਼ਾਨਾ ਵਿੰਨਣ ਦਾ ਕੋਈ ਮੌਕਾ ਨਹੀਂ ਛੱਡਿਆ। ਪਰ ਜੇਕਰ ਅਸੀਂ ਨਿਰਪੱਖ ਤੌਰ ਦੇ ਉੱਤੇ ਗੱਲ ਕਰੀਏ ਤਾਂ ਹਰੀਕੇ ਪੱਤਣ ਝੀਲ ਦੇ ਵਿੱਚ ਜਿਹੜੀ ਬੱਸ ਚਲਾਈ ਗਈ ਸੀ ਇਹਦਾ ਦੁੱਕੀ ਦਾ ਕੋਈ ਫਾਇਦਾ ਨਹੀਂ ਹੋਇਆ। ਇਸ ਬੱਸ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਸੀ, ਇਸ ਬੱਸ ਦੀ ਸਾਡੀ ਧਰਤੀ ਨੂੰ, ਪੰਜਾਬ ਦੇ ਲੋਕਾਂ ਨੂੰ ਇੱਕ ਪੈਸੇ ਦੀ ਕੋਈ ਸਹੂਲਤ ਨਹੀਂ। ਕਾਰਨ ਇਹਦੇ ਪਿੱਛੇ ਇਹ ਹੈ ਕਿ ਜਿਹੜੀਆਂ ਬੱਸਾਂ ਸੜਕਾਂ ਦੇ ਉੱਤੇ ਚੱਲਦੀਆਂ ਰੋਡਵੇਜ਼ ਦੀਆਂ ਉਹ ਤਾਂ ਖਟਾਰਾ ਬਣਦੀਆਂ ਜਾ ਰਹੀਆਂ, ਅਤੇ ਪੰਜਾਬ ਲਗਾਤਾਰ ਕਰਜ਼ੇ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ, ਅਤੇ ਸਾਨੂੰ ਕਿੱਥੇ ਬੱਸਾਂ ਸੌਂਦੀਆਂ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਪਾਣੀ ਵਾਲੀਆਂ ਬੱਸਾਂ ਦੀ ਥਾਂ ਦੇ ਉੱਤੇ ਜਿਹੜੇ ਸਾਡੇ ਮੁੱਢਲੇ ਮਸਲੇ ਆ ਪਹਿਲ ਦੇ ਆਧਾਰ ਦੇ ਉੱਤੇ ਉਹ ਹੱਲ ਕੀਤੇ ਜਾਣ। ਇਹ ਵੀ ਪਤਾ ਲੱਗਾ ਸੀ ਜਦੋਂ ਇਹ ਪਾਣੀ ਵਾਲੀ ਬੱਸ ਹਰੀਕੇ ਪੱਤਣ ਦੇ ਵਿੱਚ ਛੱਡ ਦਿੱਤੀ ਗਈ ਕਿ ਜਿੰਨੀ ਮਿਕਦਾਰ ਦੇ ਵਿੱਚ ਪਾਣੀ ਚਾਹੀਦਾ, ਜਿੰਨਾ ਉਹਦਾ ਪੱਧਰ ਚਾਹੀਦਾ, ਉਨਾ ਪੱਧਰ ਹੈ ਨਹੀਂ ਗਾ ਪਾਣੀ ਦਾ। ਇਸ ਕਰਕੇ ਬੱਸ ਉੱਥੇ ਵਧੀਆ ਤਰੀਕੇ ਨਾਲ ਚੱਲ ਨਹੀਂ ਸਕਦੀ। ਪਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਇਹ ਗੱਲ ਕਹੀ ਸੀਗੀ ਕਿ ਇਹ ਬੱਸ ਆ ਜਿਹੜੀ ਪਹਿਲਾਂ ਪਾਣੀ ਦੇ ਵਿੱਚ ਭੱਜਿਆ ਕਰੂ, ਉਸ ਤੋਂ ਬਾਅਦ ਜਦੋਂ ਚਾਹਾਂਗੇ ਇਹ ਸੜਕ ਦੇ ਉੱਤੇ ਭੱਜਿਆ ਕਰੂ, ਇਹਦਾ ਕਿਰਾਇਆ ਰੱਖ ਦਿਆਂਗੇ ਅਤੇ ਵੇਖੋ ਜੀ ਮੌਜਾਂ ਲੱਗ ਜਾਣੀਆਂ, ਟੌਰ ਟੱਪਾ ਤੁਹਾਡਾ ਬਰਕਰਾਰ ਰਹਿਣਾ, ਇਹ ਤਾਂ ਇੰਨਾ ਕੁ ਵਧੀਆ ਥਾਂ ਬਣ ਜਾਣਾ
ਬਈ ਤੁਸੀਂ ਤਾਂ ਵਾਰ ਵਾਰ ਆਇਆ ਕਰੋਗੇ ਇੱਥੇ। ਸੁਖਬੀਰ ਸਿੰਘ ਹੋਰਾਂ ਨੇ ਕਿਹਾ ਸੀ ਵੀ ਨਾਲੇ ਤੁਸੀਂ ਇਸ ਬੱਸ ਦੇ ਵਿੱਚ ਸਫ਼ਰ ਕਰਿਆ ਕਰਿਓ, ਨਾਲੇ ਤਾਕੀ ਦੇ ਵਿੱਚੋਂ ਬਾਂਹ ਬਾਹਰ ਕੱਢਿਆ ਕਰੋ ਅਤੇ ਮੱਛੀ ਫੜ ਕੇ ਖਾ ਲਿਆ ਕਰੋ। ਉਦੋਂ ਜਿਹੜੇ ਮਗਰ ਖੜ੍ਹੇ ਹੁੰਦੇ ਆ ਉਹਨਾਂ ਨੇ ਜਕਾਰੇ ਇਹੋ ਜਿਹੇ ਲਾਏ ਸੀ ਵੀ ਜਾਪਦਾ ਸੀ ਕਿ ਇਸ ਤੋਂ ਵੱਡਾ ਕੋਈ ਬਿਆਨ ਹੀ ਨਹੀਂ ਹੋ ਸਕਦਾ। ਪੰਜਾਬ ਦਾ ਪਾਰ ਉਤਾਰਾ ਕਰਨ ਵਾਲੀ ਬੱਸ ਆ ਗਈ ਆ, ਹੁਣ ਤਾਂ ਲੋਕ ਮੱਛੀਆਂ ਵੀ ਖਾਇਆ ਕਰਨਗੇ, ਨਜ਼ਾਰੇ ਵੀ ਲੁੱਟਿਆ ਕਰਨਗੇ, ਪੰਜਾਬ ਦੇ ਵਿੱਚ ਖੁਸ਼ਹਾਲੀ ਬੜੀ ਆ ਗਈ ਹੈ। ਪਰ ਇਹ ਬੱਸ ਡੂਢ ਦਿਨ ਨਹੀਂ ਚੱਲੀ, ਬਾਅਦ ਦੇ ਵਿੱਚ ਇਹਨੂੰ ਇੱਕ ਪਾਸੇ ਖੁੱਡੇ ਦੇ ਵਿੱਚ ਲਾ ਦਿੱਤਾ ਗਿਆ। ਇਹ ਬੱਸ ਆ ਜਿਹੜੀ ਬੰਨ ਕੇ ਰੱਖ ਦਿੱਤੀ ਗਈ ਅਤੇ ਨਵੀਂ ਸਰਕਾਰ ਨੇ ਵੀ ਪੜਤਾਲ ਕੀਤੀ ਵੀ ਇਸ ਬੱਸ ਦਾ ਲਾਭ ਕੋਈ ਨਹੀਂ, ਇਸ ਬੱਸ ਤੋਂ ਕਰਾਉਣਾ ਕੀ ਹੈ, ਨਾ ਇਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਦੀ ਹੈ, ਨਾ ਇਹ ਪਾਣੀ ਦੇ ਵਿੱਚ ਚੱਲ ਸਕਦੀ ਹੈ, ਨਾ ਇਹਦੀ ਕੋਈ ਆਮਦਨ ਹੈ, ਅਤੇ ਖਰਚਾ ਇਹਦਾ ਖੜੀ ਖੜੀ ਦਾ ਪਈ ਜਾਂਦਾ। ਇਸ ਕਰਕੇ ਇਹ ਬੱਸ ਹੁਣ ਨਿਲਾਮ ਹੋਣੀ ਹੈ, ਨਿਲਾਮ ਭਲਕੇ ਹੋ ਜੇ, ਨਿਲਾਮ ਮਹੀਨੇ ਨੂੰ ਹੋ ਜੇ। ਪਰ ਇਹ ਗੱਲ ਸੱਚੀ ਹੈ ਕਿ ਜਿਹੜੇ ਗਲਤ ਫੈਸਲੇ ਭਾਵੇਂ ਉਹ ਕੋਈ ਵੀ ਸਰਕਾਰ ਕਿਉਂ ਨਾ ਹੋਵੇ, ਜਦੋਂ ਲੈਂਦੀ ਆ ਤਾਂ ਪੰਜਾਬ ਦੇ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਵੱਜਦਾ। ਕਿਉਂਕਿ ਕੋਈ ਵੀ ਰਾਜਨੀਤਿਕ ਬੰਦਾ ਆਪਣੀ ਜੇਬ ਦੇ ਵਿੱਚੋਂ ਖਰਚਾ ਨਹੀਂ ਕਰਦਾ, ਜਦੋਂ ਕੋਈ ਨਵੀਂ ਯੋਜਨਾ ਲੈ ਕੇ ਆਉਂਦਾ ਉਹ ਸਾਡੇ ਤੁਹਾਡੇ ਉੱਤੇ ਬੋਝ ਪੈਂਦਾ। ਇਸ ਕਰਕੇ ਨਵੀਂ ਸਰਕਾਰ ਦੇ ਮੂਹਰੇ ਵੀ ਬੇਨਤੀ ਹੈ ਕਿ ਉਹ ਵੀ ਕੋਈ ਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ, ਕੋਈ ਲਹਿਰ ਚਲਾਉਣ ਤੋਂ ਪਹਿਲਾਂ, ਲੋਕਾਂ ਦੇ ਲਈ ਕੋਈ ਕੰਮ ਕਰਨ ਤੋਂ ਪਹਿਲਾਂ ਇਹ ਸੋਚਣ ਕਿ ਇਹਦੇ ਫਾਇਦੇ ਕੀ ਹੈ ਅਤੇ ਨੁਕਸਾਨ ਕੀ ਹੈ। ਕਿਤੇ ਇਹ ਨਾ ਹੋਵੇ ਵੀ ਜਿਵੇਂ ਪਿਛਲੀ ਸਰਕਾਰ ਨੇ ਪਾਣੀ ਵਾਲੀ ਬੱਸ ਦਾ ਗਲਤ ਫੈਸਲਾ ਕਰ ਲਿਆ, ਵਰਤਮਾਨ ਸਰਕਾਰ ਵੀ ਇਹੋ ਜਿਹਾ ਕੁਝ ਕਰ ਦਿਖਾਵੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸਾਡੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਕਮਾਲ ਦੀ ਗੱਲ ਹੈ ਵੀ ਕਈ ਵਾਰ ਇੱਥੇ ਜਿੱਤਿਆ ਬੰਦਾ ਖੁੱਡੇ ਲੱਗ ਜਾਂਦਾ ਅਤੇ ਹਾਰਿਆ ਹੋਇਆ ਬੰਦਾ ਟੌਰ ਟੱਪਾ ਬਰਕਰਾਰ ਰੱਖ ਜਾਂਦਾ। ਜੇਕਰ ਅਸੀਂ ਗੱਲ ਕਰੀਏ ਅਰੁਣ ਜੇਟਲੀ ਹੋਰਾਂ ਦੀ, ਤਾਂ ਉਹ ਹਾਰ ਕੇ ਵੀ ਭਾਰਤ ਦੇ ਵਿੱਤ ਮੰਤਰੀ ਬਣ ਗਏ ਅਤੇ ਕੈਪਟਨ ਅਮਰਿੰਦਰ ਸਿੰਘ ਜਿੱਤ ਕੇ ਵੀ ਉਸ ਥਾਂ ਦੇ ਉੱਤੇ ਨਹੀਂ ਸੀ ਪਹੁੰਚ ਸਕੇ, ਲੋਕ ਸਭਾ ਦੇ ਮੈਂਬਰ ਬਣ ਕੇ ਵੀ ਉਹ ਕੁਝ ਨਹੀਂ ਸੀ ਕਰ ਸਕੇ ਜਿਹੜਾ ਕੁਝ ਅਰੁਣ ਜੇਟਲੀ ਹੋਰੀ ਕਰ ਰਹੇ ਆ ਜਾਂ ਕਰ ਸਕਦੇ ਆ। ਪਰ ਇੱਥੇ ਹੋਰ ਕਮਾਲ ਦੀ ਗੱਲ ਇਹ ਹੈ ਵੀ ਜਨਤਾ ਦੇ ਚੁਣੇ ਹੋਏ ਪ੍ਰਤੀਨਿਧ ਕਈ ਵਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰਦੇ ਅਤੇ ਕਈ ਵਾਰ ਜਿਹੜੇ ਵਿਅਕਤੀ ਨੂੰ ਸਰਕਾਰ ਚਾਹੁੰਦੀ ਹੁੰਦੀ ਆ ਉਹਨੂੰ ਹਾਰਨ ਦੇ ਬਾਵਜੂਦ ਕੈਬਨਿਟ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਜਾਂ ਉਹਨੂੰ ਮੰਤਰੀ ਦਾ ਰੁਤਬਾ ਦੇਣ ਦੇ ਲਈ ਕੈਬਨਿਟ ਰੈਂਕ ਦੇਣ ਦੇ ਲਈ ਕਈ ਤਰ੍ਹਾਂ ਦੇ ਵਿੱਚ ਕਾਰਲੇ ਰਾਹ ਕੱਢ ਲੈਂਦੀ ਹੈ। ਮਗਰਲੀ ਸਰਕਾਰ ਦੇ ਮੌਕੇ ਵੀ ਕਈ ਲੋਕਾਂ ਨੂੰ ਇਵੇਂ ਓਬਲਾਈਜ਼ ਕੀਤਾ ਗਿਆ, ਉਹਨਾਂ ਨੂੰ ਆਪਣੇ ਸਮਝ ਕੇ ਕਈ ਕੁਝ ਦਿੱਤਾ ਗਿਆ ਅਤੇ ਹੁਣ ਦੀ ਸਰਕਾਰ ਦੇ ਵੱਲੋਂ ਵੀ ਇਹ ਕੁਝ ਕੀਤਾ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਦੀ ਤਣਾਤਣੀ ਦੀਆਂ ਸਮੇਂ ਦੇ ਉੱਤੇ ਕਈ ਵਾਰ ਖਬਰਾਂ ਆਈਆਂ, ਹੁਣ ਭਾਵੇਂ ਤਾਜ਼ਾ ਤਰੀਨ ਨਹੀਂ ਆਈਆਂ ਪਰ ਲੰਘੇ ਵੇਲੇ ਦੇ ਵਿੱਚ ਆਉਂਦੀਆਂ ਰਹੀਆਂ। ਕਈ ਵਾਰ ਇਹ ਵੀ ਖਬਰਾਂ ਆਉਂਦੀਆਂ ਸੀ ਕਿ ਭੈਣ ਭਰਾਵਾਂ ਦਾ ਪਿਆਰ ਹੈ ਅਤੇ ਭੈਣ ਭਰਾਵਾਂ ਦੇ ਵਿੱਚ ਤਲਿੰਗ ਕਈ ਵਾਰੀ ਹੋਈ ਜਾਂਦੀ ਹੈ, ਪਰ ਕਈ ਵਾਰ ਇਹ ਖਬਰਾਂ ਗੰਭੀਰ ਵੀ ਬਣ ਜਾਂਦੀਆਂ ਸੀ। ਪਰ ਮੈਨੂੰ ਜਾਪਦਾ ਵੀ ਹੁਣ ਕੈਪਟਨ ਸਾਹਿਬ ਨੇ ਆਪਣਾ ਭਰਾ ਹੋਣ ਦਾ ਫਰਜ਼ ਨਿਭਾ ਦਿੱਤਾ, ਕਿਉਂਕਿ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੈਬਨਿਟ ਰੈਂਕ ਵੀ ਦੇ ਦਿੱਤਾ ਗਿਆ। ਬੀਬੀ ਰਜਿੰਦਰ ਕੌਰ ਭੱਠਲ ਦੀ ਹੁਣ ਤੂਤੀ ਬੋਲਿਆ ਕਰੂਗੀ, ਕਿਉਂਕਿ ਉਹਨਾਂ ਨੂੰ ਸਰਕਾਰੀ ਗੱਡੀ ਵੀ ਮਿਲਣੀ ਆ, ਉਹਨਾਂ ਨੂੰ ਪੱਤੇ ਵੀ ਮਿਲਣਗੇ ਅਤੇ ਉਹਨਾਂ ਨੂੰ ਅੰਗ ਰੱਖਿਅਕ ਵੀ ਮਿਲ ਜਾਣੇ ਆ ਅਤੇ ਹੋਰ ਵੀ ਬੜਾ ਕੁਝ ਮਿਲੂਗਾ। ਬੀਬੀ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਯੋਜਨਾ ਬੋਰਡ ਦੀ ਚੇਅਰਮੈਨ ਥਾਪ ਦਿੱਤਾ ਗਿਆ ਅਤੇ ਵੇਰਵਾ ਇਸ ਰਿਪੋਰਟ ਦਾ ਇਸ ਤਰੀਕੇ ਨਾਲ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਲਾਇਆ ਗਿਆ। ਪੰਜਾਬ ਸਰਕਾਰ ਵੱਲੋਂ ਭੱਠਲ ਨੂੰ ਕੈਬਨਿਟ ਦਾ ਰੈਂਕ ਵੀ ਦੇ ਦਿੱਤਾ ਗਿਆ। ਇਹ ਅਹੁਦਾ ਬੀਜੇਪੀ ਦੇ ਰਜਿੰਦਰ ਭੰਡਾਰੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਸੀ। ਪੰਜਾਬ ਸਰਕਾਰ ਵੱਲੋਂ ਇਸ ਅਹੁਦੇ 'ਤੇ ਰਜਿੰਦਰ ਕੌਰ ਭੱਠਲ ਨੂੰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਭੱਠਲ ਨੂੰ ਕੈਬਨਿਟ ਮੰਤਰੀ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਓਬਲਾਈਜ਼ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਇਹ ਕੈਪਟਨ ਸਾਹਿਬ ਦੀ ਮਰਜ਼ੀ, ਸਰਕਾਰ ਦੀ ਮਰਜ਼ੀ। ਪਰ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਇੱਕ ਸਵਾਲ ਜ਼ਰੂਰ ਹੈ ਵੀ ਜਦੋਂ ਤਾਂ ਬਜ਼ੁਰਗਾਂ ਨੂੰ ਪੈਨਸ਼ਨ ਦੇਣੀ ਹੁੰਦੀ ਹੈ, ਜਦੋਂ ਵਿਦਿਆਰਥੀਆਂ ਨੂੰ ਵਜ਼ੀਫੇ ਦੇਣੇ ਹੁੰਦੇ ਹੈ, ਜਦੋਂ ਸ਼ਗਨ ਸਕੀਮ ਦੇਣੀ ਹੁੰਦੀ ਹੈ, ਜਦੋਂ ਆਟਾ ਦਾਲ ਯੋਜਨਾ ਦਾ ਸਵਾਲ ਆਉਂਦਾ, ਜਦੋਂ ਪੰਜਾਬ ਦੇ ਹੋਰ ਵਿਕਾਸ ਦੀ ਬਾਤ ਪੈਂਦੀ ਹੈ, ਉਸ ਵਕਤ ਸਰਕਾਰ ਕਹਿੰਦੀ ਹੈ ਮਗਰਲੀ ਸਰਕਾਰ ਨੇ ਕੱਖ ਨਹੀਂ ਛੱਡਿਆ, ਅਸੀਂ ਇਸ ਕਰਕੇ ਲੇਟ ਲਤੀਫੀ ਦੇ ਥੋੜ੍ਹੇ ਜਿਹੇ ਸ਼ਿਕਾਰ ਹੋਏ ਹਾਂ, ਮਜਬੂਰੀ ਆ, ਸਾਡੀ ਜੀ ਨਹੀਂ ਕਰਦਾ। ਪਰ ਜਦੋਂ ਵਿਧਾਇਕਾਂ ਨੂੰ ਲਾਭ ਦੇ ਅਹੁਦੇ ਦੇ ਉੱਤੇ ਤਾਇਨਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਜਦੋਂ ਕਿਸੇ ਨੂੰ ਕੈਬਨਿਟ ਦਾ ਰੈਂਕ ਦਿੱਤਾ ਜਾਂਦਾ ਹਾਰੇ ਹੋਏ ਵਿਅਕਤੀ ਨੂੰ ਆਪਣੇ ਬੰਦੇ ਨੂੰ ਓਬਲਾਈਜ਼ ਕਰਨ ਦੇ ਲਈ, ਜਿਵੇਂ ਕਿ ਬੀਬੀ ਰਜਿੰਦਰ ਕੌਰ ਭੱਠਲ ਲਈ ਕੀਤਾ ਗਿਆ, ਉਸ ਵਕਤ ਖਜ਼ਾਨਾ ਕਿੱਧਰੋਂ ਭਰ ਜਾਂਦਾ? ਉਸ ਵਕਤ ਕਿਹੜਾ ਅਲਾਦੀਨ ਦਾ ਚਿਰਾਗ ਸਾਡੀਆਂ ਸਰਕਾਰਾਂ ਕੋਲ ਆ ਜਾਂਦਾ ਵੀ ਇਹ ਅਲਾਦੀਨ ਦੇ ਉਸ ਚਿਰਾਗ ਨੂੰ ਰਗੜਦੀਆਂ, ਵਿੱਚੋਂ ਜਿੰਨ ਨਿਕਲਦਾ ਉਹ ਕਹਿੰਦਾ ਹੁਕਮ ਮੇਰੇ ਆਕਾ, ਅਤੇ ਸਰਕਾਰ ਕਹਿੰਦੀ ਹੈ ਜੀ ਇੰਨੇ ਲੱਖ ਕਰੋੜ ਸਾਡੇ ਲਈ ਲੈ ਕੇ ਆਓ, ਅਤੇ ਫਿਰ ਉਹ ਲੈ ਆਉਂਦਾ ਅਤੇ ਲਹਿਰਾਂ ਬਹਿਰਾਂ ਲੱਗ ਜਾਂਦੀਆਂ। ਇਸ ਵਕਤ ਪੰਜਾਬ ਦੇ ਲੋਕ ਇਹ ਚਾਹੁੰਦੇ ਆ
ਕਿ ਸਾਡੇ ਲਈ ਕੈਪਟਨ ਸਰਕਾਰ ਕੁਝ ਕਰੇ। ਇਸ ਵਕਤ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਵੀ ਗੱਲੀਂ ਬਾਤੀਂ ਇਹ ਸਾਬਤ ਨਾ ਕੀਤਾ ਜਾਵੇ ਵੀ ਅਸੀਂ ਚੋਣਾਂ ਦੇ ਮੌਕੇ ਜਿਹੜੇ ਵਾਅਦੇ ਕੀਤੇ ਸੀ ਉਹਦੇ ਵਿੱਚੋਂ 70% ਪੂਰੇ ਕਰ ਦਿਖਾਏ ਆ। ਜਦੋਂ ਵਾਅਦੇ ਪੂਰੇ ਹੁੰਦੇ ਆ ਉਦੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਦੀ, TV ਚੈਨਲਾਂ ਦੇ ਉੱਤੇ ਖਬਰੂ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਪੰਜਾਬ ਦੇ ਲੋਕਾਂ ਨੂੰ ਆਪ ਮੁਹਾਰੇ ਪਤਾ ਲੱਗ ਜਾਣਾ ਵੀ ਸਾਡੇ ਲਈ ਕਿਹੜੀ ਯੋਜਨਾ ਉਲੀਕੀ ਗਈ ਅਤੇ ਉਹਦਾ ਜ਼ਮੀਨੀ ਪੱਧਰ ਦੇ ਉੱਤੇ ਕੀ ਅਸਰ ਹੈ, ਸਾਡੀ ਜੇਬ ਦੇ ਉੱਤੇ ਕੀ ਅਸਰ ਹੈ, ਸਾਡੇ ਭਵਿੱਖ ਦੇ ਉੱਤੇ ਕੀ ਅਸਰ ਹੈ। ਇਸ ਕਰਕੇ ਕੈਪਟਨ ਸਾਹਿਬ ਨੂੰ ਬੇਨਤੀ ਹੈ ਵੀ ਉਹ ਮਹਿਲਾਂ ਦੇ ਵਿੱਚੋਂ ਨਿਕਲਣ, ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ। ਜੇਕਰ ਪੰਜਾਬ ਦੇ ਲੋਕਾਂ ਦੇ ਵਿੱਚੋਂ ਵਿਚਰਨਗੇ ਤਾਂ ਪਤਾ ਲੱਗੇਗਾ ਕਿ ਜ਼ਮੀਨੀ ਹਕੀਕਤਾਂ ਕੀ ਹੈ, ਅਤੇ ਜੇਕਰ ਨਹੀਂ ਵਿਚਰਨਗੇ ਸਿਰਫ ਹੈਲੀਕਾਪਟਰ ਦੀ ਸੈਰ ਕਰਨਗੇ ਫਿਰ ਇਹ ਤਾਂ ਪਤਾ ਲੱਗ ਜਾਂਦਾ ਵੀ ਹਵਾ ਪ੍ਰਦੂਸ਼ਣ ਕਿੰਨਾ, ਇਹ ਵੀ ਪਤਾ ਲੱਗ ਸਕਦਾ ਉੱਤੋਂ ਵੀ ਦਰਖਤ ਕਿੰਨੇ ਕੁ ਰਹਿ ਗਏ, ਪਰ ਇਹ ਨਹੀਂ ਪਤਾ ਲੱਗਣਾ ਵੀ ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ ਸੱਚੀ ਮੁੱਚ ਕਿਹੜੀਆਂ। ਜਾਂਦੇ ਜਾਂਦੇ ਦੋਸਤੋ ਮੌਸਮ ਦੇ ਹਾਲ ਦੀ ਵੀ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦਾ ਮੌਸਮ ਅੱਜ ਖੁਸ਼ਗਵਾਰ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਦਲਵਾਈ ਰਹੀ ਹੈ, ਕਈ ਥਾਵਾਂ ਦੇ ਉੱਤੇ ਕਿਣਮਿਣ ਹੋਣ ਦੀਆਂ ਵੀ ਖਬਰਾਂ ਪ੍ਰਾਪਤ ਹੋਈਆਂ, ਅਤੇ ਮੌਸਮ ਵਿਭਾਗ ਨੇ ਇਹ ਅੰਦਾਜ਼ਾ ਪੇਸ਼ ਕੀਤਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਅੰਦਰ ਮੀਂਹ ਵੀ ਪੈ ਸਕਦਾ, ਹਲਕੇ ਤੋਂ ਦਰਮਿਆਨੇ ਪੱਧਰ ਦਾ। ਬਾਕੀ ਕੁਦਰਤ ਦੇ ਉੱਤੇ ਜ਼ੋਰ ਕੋਈ ਨਹੀਂ। ਮੌਸਮ ਵਿਭਾਗ ਦੀਆਂ 100% ਭਵਿੱਖਬਾਣੀਆਂ ਅੱਜ ਤੱਕ ਕਦੇ ਸਾਬਤ ਨਹੀਂ ਹੋਈਆਂ, ਸ਼ਾਇਦ ਜਿਹੜਾ ਉਹਨਾਂ ਨੇ ਹੁਣ ਅੰਦਾਜ਼ਾ ਪੇਸ਼ ਕੀਤਾ ਹੈ ਇਹ ਸੱਚ ਹੋਵੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।